ਉਦੋਂ ਨਵਾਂ ਨਵਾਂ ਸਮੈਕ ਆਈ ਅਤੇ ਸਮੈਕ ਤੋਂ ਬਾਅਦ ਆਉਂਦਾ ਚਿੱਟਾ। ਅਸੀਂ ਵੀ ਵੇਖੀ, ਅਸੀਂ ਵੀ ਪੀਤੀ। ਪੈਸਾ ਹੁੰਦਾ ਸੀ, ਕਿਸੇ ਕੋਲ ਮੰਗਣਾ ਨਹੀਂ ਸੀ ਪੈਂਦਾ। ਜੇ ਘਰੋਂ ਮੰਗਦੇ ਤਾਂ ਘਰਦਿਆਂ ਨੂੰ ਪਤਾ ਲੱਗਦਾ। ਕਿੰਨੇ ਸਾਲ ਤੁਸੀਂ ਤਕਰੀਬਨ ਨਸ਼ਾ ਕੀਤਾ ਆ? ਮੇਰੇ ਹਿਸਾਬ ਨਾਲ 20 ਸਾਲ ਤਾਂ ਕੀਤਾ ਹੀ। 20 ਸਾਲ ਨਸ਼ਾ ਵੀ ਕਰਦੇ ਰਹੇ ਨਾਲ ਨਾਲ, ਆਪਣਾ ਵਿਆਹ ਵੀ ਹੋਇਆ, ਪਰਿਵਾਰ ਵੀ ਤੋਰਿਆ, ਸਭ ਕੁਛ। ਇਹ ਨਹੀਂ ਵੀ ਲੋਕਾਂ ਵਾਂਗੂ ਨਸ਼ਾ ਨਹੀਂ ਕੀਤਾ। ਉਹ ਜੇ ਫੜਿਆ ਤਾਂ ਫੜਿਆ ਹੀ ਰੱਖਿਆ, ਅਤੇ ਜੇ ਛਡਾਇਆ ਵਾਹਿਗੁਰੂ ਨੇ ਤਾਂ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਆਪਣਾ ਦੀਪ ਸਿੱਧੂ ਬਾਈ ਦੀਆਂ। ਅਸੀਂ ਬਹੁਤ ਜ਼ਿਆਦਾ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ, ਅਤੇ ਜੱਟ ਸਾਰਾ ਕੁਛ ਛੱਡ ਕੇ ਆ ਗਿਆ ਵਾਹਿਗੁਰੂ। ਜਿੱਥੇ ਲੋਕ ਪਹੁੰਚਣ ਵਾਸਤੇ ਤਰਸਦੇ ਆ ਨਾ, ਉਹ ਜੱਟ ਉਸ ਚੀਜ਼ ਨੂੰ ਛੱਡ ਕੇ ਸਾਡੇ ਜਾਣ ਕੇ ਬਹਿ ਗਏ, ਅਤੇ ਸਾਡੇ ਲੋਕਾਂ ਨੇ ਕਦਰ ਨਾ ਪਾਈ। ਦੀਪ ਸਿੱਧੂ ਇਸ ਜਹਾਨ ਤੋਂ ਚਲਿਆ ਜਾਂਦਾ, ਉਹਦੀ ਮੌਤ ਦਾ ਕੋਈ ਅਸਰ ਤੁਹਾਡੇ ਮਨ 'ਤੇ ਹੁੰਦਾ? ਬਾਬਾ ਜੀ ਇੰਨਾ ਜ਼ਿਆਦਾ ਵੀ ਅਸੀਂ ਡਿਪਰੈਸ਼ਨ 'ਚ ਚਲੇ ਗਏ, ਇੱਕ ਹਿਸਾਬ ਦਾ ਵੀ ਅਸੀਂ ਉਹਦੀਆਂ ਇੰਟਰਵਿਊਆਂ ਹੀ ਬਾਈਦੀਆਂ ਵੇਖੀ ਜਾਣੀਆਂ। ਜਿਹੜੀ ਇੱਕ ਪੰਥ ਦੀ ਗੱਲ ਕਰਦਾ ਸੀ, ਇੱਕ ਜੱਟ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ, ਫਿਰ ਆਣ ਕੇ ਜਦੋਂ ਅੰਮ੍ਰਿਤਪਾਲ ਨੇ ਸਿੱਧੀ ਗੱਲ ਕੀਤੀ ਨਾ ਅੱਖਾਂ 'ਚ ਅੱਖਾਂ ਪਾ ਕੇ, ਉਦੋਂ ਫਿਰ ਅਸੀਂ ਵੀ ਆਖਿਆ ਵੀ ਚਲੋ ਵੀ ਅਸੀਂ ਤੁਰ ਪਏ ਉਹਦੇ ਨਾਲ। ਅੰਮ੍ਰਿਤ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਪੁੱਛਿਆ ਗਿਆ, ਹਾਂਜੀ ਉਹਨਾਂ ਦੇ ਅਸੀਂ ਉਹਨਾਂ ਦੇ ਨਾਲ, ਅਤੇ ਅਸੀਂ ਛਕਿਆ ਜੇ ਅੰਮ੍ਰਿਤ ਗੁਰੂ ਕੀ ਪੇੜ, ਅਸੀਂ ਜਿੰਨਾ ਚਿਰ ਵੀਰ ਚੱਲੀ ਅਸੀਂ ਨਾਲ ਉਹਨਾਂ ਦੇ ਰਹੇ। ਹਾਂ, ਸਾਨੂੰ ਪੁਲਿਸ ਵਾਲੇ ਬਥੇਰਾ ਤੰਗ ਕਰਦੇ ਰਹੇ, ਮੁੜ ਕੇ ਵੀ ਮਜਬੂਰੀ ਰਹਿ ਚੋ ਮਹਾਰਾਜ ਦੀ ਕਿਰਪਾ। ਸਾਨੂੰ ਪਤਾ ਸੀ ਵੀ ਅਸੀਂ ਲੱਤਾਂ ਭਾਰ ਚੱਲਦੀਆਂ ਤਾਂ ਜਾਈਏ ਅੰਮ੍ਰਿਤ ਛਕਣ, ਜੇ ਨਹੀਂ ਸਾਡੀਆਂ ਲੱਤਾਂ ਭਾਰ ਚੱਲਦੀਆਂ ਤਾਂ ਅਸੀਂ ਅੰਮ੍ਰਿਤ ਨਾਲ। ਬਾਬਾ ਜੀ ਉਹਦੇ ਨਾਲ ਨਹੀਂ ਛਕਣਾ ਚੰਗਾ ਨਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਜਦੋਂ ਉਹਨਾਂ ਦੇ ਉੱਪਰ, ਉਹਨਾਂ ਦੇ ਮੁੱਦੇ ਦੇ ਉੱਪਰ ਕੋਈ ਵੀ ਗੱਲ ਹੁੰਦੀ ਆ ਤਾਂ ਹਮੇਸ਼ਾ ਦੋ ਧਿਰਾਂ ਵੰਡ ਜਾਂਦੀਆਂ, ਇੱਕ ਧਿਰ ਜਿਹੜੀ ਉਹਨਾਂ ਦੇ ਪੱਖ ਦੀ ਗੱਲ ਕਰਦੀ ਆ, ਦੂਸਰੀ ਧਿਰ ਜਿਹੜੀ ਉਹਨਾਂ ਦਾ ਵਿਰੋਧ ਕਰਦੀ ਆ। ਪਰ ਉਸ ਇਨਸਾਨ ਦੀ ਜਿਹੜੇ ਵਿਚਾਰ ਹੁੰਦੇ ਆ, ਉਹ ਕਿਸੇ ਨਾ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਭਾਵ ਛੱਡ ਕੇ ਜਾਂਦੇ ਆ। ਅੱਜ ਦੀ ਇੰਟਰਵਿਊ ਮੈਂ ਤੁਹਾਡੀ ਉਸ ਇੱਕ ਸਿੰਘ ਨਾਲ ਕਰਵਾਵਾਂਗਾ ਜੋ ਆਪਣੇ ਆਪ ਦੇ ਵਿੱਚ ਦਾਅਵਾ ਕਰਦੇ ਨੇ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਪ੍ਰਭਾਵ ਆ, ਉਹਨਾਂ ਦੇ ਵਿਚਾਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਮੇਰੀ ਜ਼ਿੰਦਗੀ ਦੇ ਵਿੱਚ ਆਇਆ। ਆਓ ਗੱਲਬਾਤ ਕਰਦੇ ਹਾਂ। ਮੇਰੇ ਨਾਲ ਨੇ ਭਾਈ ਦਵਿੰਦਰ ਸਿੰਘ ਢੋਟੀਆਂ ਤੋਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੇਰਾ ਸਵਾਲ ਇਹ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹੁੰਦਾ। ਜੀ ਮੇਰਾ ਪਿਛੋਕੜ ਆ, ਮੇਰਾ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਢੋਟੀਆਂ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਖਡੂਰ ਸਾਹਿਬ। ਅੱਛਾ ਜੀ। ਮੈਂ ਉੱਥੋਂ ਦਾ ਰਹਿਣ ਵਾਲਾ ਜੀ, ਅਤੇ ਮੈਂ ਇੱਕ ਸਧਾਰਨ ਪਰਿਵਾਰ ਨੂੰ ਬਿਲੋਂਗ ਕਰਦਾ। ਅੱਛਾ ਜੀ। ਮੈਂ ਉੱਥੇ ਜੰਮਿਆ ਪਲਿਆ, ਫਿਰ ਨੌਕਰੀ ਕੀਤੀ, ਅਤੇ ਮੈਂ ਢੋਟੀਆਂ ਦਾ ਰਹਿਣ ਵਾਲਾ। ਤੁਸੀਂ ਦਲ ਪੰਥ ਦੇ ਆਉਣ ਤੋਂ ਪਹਿਲਾਂ ਤੁਸੀਂ ਮੈਨੂੰ ਦੱਸਦੇ ਸੀ ਕਿ ਮੈਂ ਨਸ਼ੇ ਦੀ ਗ੍ਰਿਫਤ ਦੇ ਵਿੱਚ ਸੀ, ਉਸ ਸਮੇਂ ਦੇ ਬਾਰੇ ਗੱਲ ਕਰਨੀ ਚਾਹਾਂਗੇ ਵੀ ਇਹ ਕਿੱਦਾਂ, ਇਹ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚ ਜਾਂਦੇ ਹੋ, ਇਹ ਸਾਰਾ ਚੱਕਰ ਕੀ ਬਣਦਾ ਹੈ? ਦਲਦਲ ਦੇ ਵਿੱਚ ਨਸ਼ੇ ਦੀ ਜਾਣ ਦਾ ਕਾਰਨ ਇੱਕ ਹੀ ਸੀਗਾ ਕਿ ਮੈਂ ਪੈਸਾ ਜੇਬ ਦੇ ਵਿੱਚ ਹੋਣਾ, ਅਤੇ ਇੱਕ ਸਿਰ ਦੇ ਉੱਤੇ ਜਿਸ ਤਰ੍ਹਾਂ ਕਿ ਬਾਪੂ ਨੌਕਰੀ ਕਰਦਾ ਸੀ ਬਾਹਰ ਹੀ, ਤੂੰ ਮਾਤਾ ਵਿਚਾਰੀ ਭੋਲੀ, ਉਹਨੂੰ ਜਿਸ ਤਰ੍ਹਾਂ ਕਹਿ ਛੱਡਣਾ ਉਹਨੇ ਮਨ ਛੱਡਣਾ। ਅੱਛਾ। ਅਤੇ ਪੈਸਾ ਕਾਫੀ ਆਉਣ ਲੱਗ ਗਿਆ, ਕਮੈਂਟਰੀ ਕਰਦੇ ਸੀ ਕਬੱਡੀ ਦੀ। ਤੁਸੀਂ ਕਮੈਂਟਰੀ ਵੀ ਕਰਦੇ ਕਬੱਡੀ ਦੀ? ਜੀ ਮੈਂ ਕਮੈਂਟਰੀ ਕਰਦਾ ਸੀ, ਮਾਝੇ ਦਾ ਸਾਰਿਆਂ ਨੂੰ ਪਹਿਲਾ ਬੁਲਾਰਾ ਹੋਣ ਦਾ ਮਾਣ ਆ ਮੈਨੂੰ। ਅੱਜ ਵੀ ਮੈਂ
ਕਦੇ ਮੈਨੂੰ ਕੋਈ ਬੁਲਾਉਂਦਾ ਤਾਂ ਮੈਂ ਜਾਂਦਾ, ਪਰ ਅੱਜ ਵੀ ਮੈਂ ਹੁਣ ਮਹਾਰਾਜ ਦੀ ਕਿਰਪਾ ਰਹੀ ਅਤੇ ਹੁਣ ਬਾਬਿਆਂ ਦੇ ਨਾਲ ਆ, ਇਹਨਾਂ ਦੇ ਸਾਰੇ ਮੈਚਾਂ 'ਚ ਬੋਲਿਆ ਕਰਾਂਗੇ। ਅਤੇ ਉਦੋਂ ਪੈਸਾ ਵਾਧੂ ਆਉਂਦਾ ਸੀ ਅਤੇ ਬਾਪੂ ਬਾਹਰ ਸੀ, ਅਤੇ ਅਸੀਂ ਇੱਕ ਬਾਕੀ ਇਹ ਆ ਜੀ, ਜਿਸ ਤਰ੍ਹਾਂ ਨੌਜਵਾਨੀ ਆ ਨਾ ਜਿਹੜੀ, ਇਹ ਤਿੜ ਤਿੜ ਦੇ ਵਿੱਚ ਮਰਦੀ ਆ। ਅੱਛਾ। ਅਤੇ ਤਿੜ ਤਿੜ ਦੇ ਵਿੱਚ ਉਦੋਂ ਨਵਾਂ ਨਵਾਂ ਸਮੈਕ ਆਈ, ਅਤੇ ਸਮੈਕ ਤੋਂ ਬਾਅਦ ਆਉਂਦਾ ਚਿੱਟਾ, ਸਮੈਕ ਆਈ ਸੀ ਅਤੇ ਜਿਹੜਾ ਬੰਦਾ ਸਮੈਕ ਪੀਂਦਾ ਹੁੰਦਾ, ਲੋਕਾਂ ਨੂੰ ਹੁੰਦਾ ਸੀ 100 ਦੇ ਨੋਟ ਨਾ ਪੀਂਦੇ, ਇੱਦਾਂ ਦੀਆਂ ਕੋਈ ਗੱਲਾਂ ਕਰਦੇ ਹੁੰਦੇ ਇਹ ਲੋਕ ਸਾਡੇ ਜਿਹੜੇ ਆ ਨਾ, ਇਹ ਉਹਨਾਂ ਨੂੰ ਬੱਚਿਆਂ ਨੂੰ ਜਦੋਂ ਦੱਸਦੇ ਆ ਨਾ, ਅਤੇ ਉਹ ਬੱਚੇ ਫਿਰ ਜਿਹੜੇ ਆ ਉਸ ਚੀਜ਼ ਨੂੰ ਆਪਣੇ ਦਿਲ 'ਤੇ ਲਾਉਂਦੇ ਆ। ਲੋਕਾਂ ਨੇ ਗੱਲਾਂ ਕਰਨੀਆਂ, ਅਸੀਂ ਸੁਣਨੀਆਂ, ਅਸੀਂ ਵੀ ਵੇਖੀ, ਅਸੀਂ ਵੀ ਪੀਤੀ। ਉਹ ਕਰਦੇ ਕਰਦੇ ਜੀ ਸਮੈਕ ਦੀ ਪੈਸਾ ਹੁੰਦਾ ਸੀ, ਕਿਸੇ ਕੋਲ ਮੰਗਣਾ ਨਹੀਂ ਸੀ ਪੈਂਦਾ, ਜੇ ਘਰੋਂ ਮੰਗਦੇ ਤਾਂ ਘਰਦਿਆਂ ਨੂੰ ਪਤਾ ਲੱਗਦਾ, ਘਰੋਂ ਪੈਸਾ ਮੰਗਿਆ ਨਹੀਂ, ਅਤੇ ਪੈਸਾ ਕਮੈਂਟਰੀ ਦਾ ਆਉਂਦਾ ਸੀ, ਚਲੋ ਜੀ ਪੀਣ ਲੱਗ ਪਏ। ਅਤੇ ਜਿਉਂ ਜਿਉਂ ਪੀਣ ਲੱਗ ਪਏ, ਤਿਉਂ ਤੋਂ ਇਹੋ ਜਿਹਾ ਕੰਮ ਹੋਇਆ ਕਿ ਅਸੀਂ ਜਿਹੜਾ ਵਾ ਉਹ ਘਰਦਿਆਂ ਤੋਂ ਵੀ ਇੱਕ ਹਿਸਾਬ ਦਾ ਦੂਰ ਹੋ ਜਾਂਦਾ ਜਦੋਂ ਬੰਦਾ ਨਸ਼ਾ ਕਰਨ ਲੱਗ ਪੈਂਦਾ। ਠੀਕ ਆ ਨਾ ਜੀ। ਫਿਰ ਸਾਡੇ ਪਿਤਾ ਜੀ ਨੂੰ ਜਦੋਂ ਸਾਡੀ ਮਾਤਾ ਜੀ ਨੇ ਦੱਸਿਆ, ਅਤੇ ਉਹ ਸਾਨੂੰ ਕਮੈਂਟਰੀ 'ਚੋਂ ਹਟਾ ਕੇ ਅਤੇ ਉਹ ਆਪਣੇ ਨਾਲ ਕੰਪਨੀ ਦੇ ਵਿੱਚ ਲੈ ਗਏ ਸਾਨੂੰ 2005 ਦੇ ਵਿੱਚ। ਕਿਹੜੀ ਉਮਰ ਦੇ ਵਿੱਚ ਤੁਸੀਂ ਜਿਹੜੀ ਕਮੈਂਟਰੀ ਇਹ ਕਰਨੀ ਸ਼ੁਰੂ ਕੀਤੀ, ਅਤੇ ਉਹ ਪੈਂਦਿਆਂ ਹੀ ਨਸ਼ਾ ਨਾਲ ਹੀ ਕਰਨ ਲੱਗ ਪਏ? ਨਹੀਂ, ਇਹ ਪੈਂਦਿਆਂ ਹੀ ਨਹੀਂ ਨਸ਼ਾ ਕਰਨ ਲੱਗ ਪਏ। ਨਸ਼ਾ ਤਾਂ ਅਸੀਂ ਉਦੋਂ ਨਹੀਂ ਸੀ ਕਰਦੇ, ਪਹਿਲਾਂ ਜਦੋਂ ਅਸੀਂ ਕਮੈਂਟਰੀ ਕਰਦੇ ਹੁੰਦੇ ਹਾਂ, ਇਹ ਜਿਹੜੀ ਸਮੈਕ ਆ ਨਾ, ਇਹਦਾ ਸੁਣਿਆ ਅਸੀਂ, ਪਰ ਅਸੀਂ ਕਰਦੇ ਨਹੀਂ ਹਾਂ। ਨਾ ਅਸੀਂ ਸਕੂਲ ਟਾਈਮ ਕੀਤਾ ਨਸ਼ਾ, ਨਾ ਅਸੀਂ ਉਸ ਤਰ੍ਹਾਂ ਕੀਤਾ, ਉਦੋਂ ਅਸੀਂ ਨਸ਼ਾ ਕੀਤਾ ਹੀ ਨਹੀਂ। ਕਿੰਨੀ ਸਟੱਡੀ ਆ, ਕਿਸ ਤੱਕ ਪੜ੍ਹੇ ਤੁਸੀਂ? ਅਸੀਂ ਪਲੱਸ ਟੂ ਕੀਤੀ ਹੈ ਜੀ, ਖਾਲਸਾ ਸਕੂਲ ਤਰਨ ਤਾਰਨ। ਅੱਛਾ। ਹਾਂਜੀ, ਉੱਥੋਂ। ਅਤੇ ਸਾਡੀ 12 ਤੱਕ ਦੀ ਪੜ੍ਹਾਈ ਆ, ਜ਼ਿਆਦਾ ਕੋਈ ਪੜ੍ਹਾਈ ਨਹੀਂ। ਫਿਰ ਕਮੈਂਟਰੀ ਵਾਲੇ ਪਾਸੇ ਕਿੱਦਾਂ ਇਹ ਸਵਾਲ? ਕਮੈਂਟਰੀ ਵਾਲੇ ਪਾਸੇ ਜੀ ਅਸੀਂ ਨਾ ਟੋਟੀਆਂ ਦੀ ਬਹੁਤ ਵੱਡੀ ਟੀਮ ਸੀ ਉਦੋਂ, ਮਾਝੇ ਦੇ ਵਿੱਚ ਪੂਰਾ ਨਾਂ ਸੀ ਟੋਟੀਆਂ ਦੀ ਟੀਮ ਦਾ, ਅਤੇ ਕੰਮੂ ਭਲਵਾਨ ਅਤੇ ਧੱਦੂ ਭਲਵਾਨ ਫਤਿਹਾਬਾਦ ਦੇ ਆ, ਅਤੇ ਉਹਨਾਂ ਦੇ ਨਾਲ ਉਹ ਦੋ ਸਿੰਘ ਉਹ ਹੁੰਦੇ ਸੀ, ਅਤੇ ਨਾਲ ਸਾਡੇ ਪਿੰਡ ਦੀ ਟੀਮ ਹੁੰਦੀ ਸੀ। ਅੱਛਾ ਜੀ। ਅਤੇ ਸਾਰੀ ਹੈਂ ਉਹਦੇ ਵਿੱਚ ਦਵਿੰਦਰ ਤੋੜ, ਅਮਨਦੀਪ ਸਿੰਘ ਪੈੜਾ ਜਿਹਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ, ਠੀਕ ਆ। ਉਹਦੇ ਵਿੱਚ ਤਰਸੇਮ ਸਿੰਘ ਸਾਡਾ ਕੈਪਟਨ ਹੁੰਦਾ ਸੀ, ਠੀਕ ਆ। ਉਹਦੇ ਵਿੱਚ ਜਾਗੋ ਸਾਡਾ ਗੋਲਡੀ ਟੋਟੀਆਂ, ਬਹੁਤ ਤਕੜਾ ਕਬੱਡੀ ਦਾ ਖਿਡਾਰੀ, ਇੰਟਰਨੈਸ਼ਨਲ ਪਲੇਅਰ ਹੋਇਆ ਗੋਲਡੀ ਟੋਟੀਆਂ ਵਾਲਾ, ਠੀਕ ਆ ਜੀ। ਅਤੇ ਉਹ ਸਾਡੇ ਪਿੰਡ ਦਾ ਅਰਜਨ ਪਹਿਲਵਾਨ ਟੋਟੀਆਂ ਸਾਡੇ ਪਿੰਡ ਦਾ। ਅਸੀਂ ਕਬੱਡੀ ਖੇਡਦਿਆਂ ਖੇਡਦਿਆਂ ਇਹਨਾਂ ਦੇ ਨਾਲ ਜਾਂਦੇ ਹੁੰਦੇ ਹਾਂ, ਠੀਕ ਆ। ਅਸੀਂ ਬੀ ਟੀਮ ਦੇ ਖਿਡਾਰੀ ਸੀ, ਪਰ ਸਾਨੂੰ ਕਿਸੇ ਟਾਈਮ ਜਦੋਂ ਉਹਨਾਂ ਕੋਲ ਪਲੇਅਰ ਘੱਟ ਹੁੰਦਾ ਸੀ, ਘੇਰੀ ਦੇ ਵਿੱਚ ਲਾਉਂਦੇ ਹੁੰਦੇ, ਅਤੇ ਅਸੀਂ ਕੋਛੜ ਸਾਹਿਬ ਦੀ ਕਮੈਂਟਰੀ ਸੁਣਦੇ ਹੁੰਦੇ ਹਾਂ, ਅਸੀਂ ਕੋਛੜ ਸਾਹਿਬ ਦੀ ਕਮੈਂਟਰੀ ਸੁਣਦੇ ਹੁੰਦੇ ਹਾਂ। ਉਦੋਂ ਕੋਛੜ ਸਾਹਿਬ ਆਉਂਦੇ ਹੁੰਦੇ, ਅਤੇ ਜਦੋਂ ਅਸੀਂ ਜਾਣਾ ਅਤੇ ਅਸੀਂ ਡਿੱਗੀ ਦੇ ਵਿੱਚ ਬਹਿ ਕੇ ਜਾਣਾ, ਸੁੰਮੋ ਆਉਂਦੀ ਹੁੰਦੀ ਸੀ ਉਦੋਂ, ਅਤੇ ਅਸੀਂ ਇਹਨਾਂ ਨੂੰ ਨਾ ਰਾਹ ਦੇ ਵਿੱਚ ਉਹ ਕਮੈਂਟਰੀ ਸੁਣਾਉਂਦੇ ਜਾਣਾ, ਅਤੇ ਕੰਮੂ ਭਲਵਾਨ ਇੱਕ ਨੇ ਅਸੀਂ ਧੂਲ ਕਿਉਂ ਜਾਣ ਡਿਆ, ਅਤੇ ਕੰਮੂ ਭਲਵਾਨ ਕਹਿੰਦਾ ਉਹ ਤੂੰ ਆਹ ਕੰਮ ਤੇਰਾ ਵਧੀਆ ਵਾ। ਉਦੋਂ ਮੈਂ ਪਹਿਲੀ ਵਾਰੀ ਧੂਲ ਕੇ ਦੀ ਧਰਤੀ 'ਤੇ ਕਮੈਂਟਰੀ ਕੀਤੀ। ਆਤੂ ਭਲਵਾਨ ਆਉਂਦਾ ਹੁੰਦਾ ਸੀ ਬਾਹਰੋਂ, ਉਹਦਾ ਸ਼ਾਇਦ ਹੁਣ ਮੈਨੂੰ ਥੋੜ੍ਹੇ ਐਰ ਕੀ ਪਤਾ ਲੱਗਾ ਮੈਨੂੰ, ਜਦੋਂ ਆਪਣਾ ਦਲ ਪੰਥ ਆ ਰਿਹਾ ਸੀ, ਜਦੋਂ ਦਲ ਪੰਥ ਦੇ ਵਿੱਚ ਵਿਚਰੇ ਹਾਂ, ਕਿ ਉਹਨਾਂ ਦਾ ਪੁੱਤਰ ਹੀ ਇੰਡੀਆ ਆਏ ਸੀ, ਉਹ ਪੂਰਾ ਹੋ ਗਿਆ, ਉਸ ਤੋਂ ਬਾਅਦ ਉਹ ਇੰਡੀਆ ਨਹੀਂ ਆਏ। ਉਹ ਮੈਚ ਕਰਾਉਂਦੇ ਹੁੰਦੇ ਬਾਬਾ ਜੀ, ਉਦੋਂ ਛੋਟੇ ਲੋਕ ਆਮ ਆਹ ਕੋਟ ਲੈ ਸੈੱਟ ਨਹੀਂ ਸੀ ਲੱਗਦੇ ਹੁੰਦੇ, ਆਮ ਮੇਲਿਆਂ 'ਤੇ, ਆਮ ਮੇਲਿਆਂ 'ਤੇ ਲੀਡ ਵਾਲੇ ਸੈੱਟ ਹੁੰਦੇ ਸੀ, ਵਧੀਆ ਹੁੰਦੇ ਸੀ। ਕਿਹੜੇ ਸਮੇਂ ਦੀ ਗੱਲ ਆ ਇਹ? ਹੁਣ ਮੈਂ ਸਮਾਂ ਤੁਹਾਨੂੰ ਕੀ ਦੱਸਾਂ ਵੀ 2000 ਆ ਸ਼ਾਇਦ, ਇੱਥੇ ਕੀ ਹੋਣਾ 2002 ਦੇ ਲਾਗੇ, ਹਾਂ ਇੱਥੇ ਕੀ ਹੋਊਗਾ। ਹਾਂਜੀ, ਹੁਣ ਅੱਜ 40 ਸਾਲ ਉਮਰ ਆ, ਉਸ ਤੋਂ ਪਛਾਣ ਦੀ ਲਾ ਲਓ। ਕਿੰਨਾ ਚਿਰ ਨਸ਼ਾ ਕੀਤਾ ਬਾਬਾ ਜੀ? ਆਹ ਹੁਣ ਸੱਚ ਦੱਸੀਏ ਅੱਜ ਨਾ ਤੁਹਾਨੂੰ, ਅਤੇ ਆਹ ਜਿਹੜਾ ਟਾਈਮ ਹੋਇਆ ਵਾ ਜਦੋਂ ਦਾ ਅੰਮ੍ਰਿਤ ਛਕਿਆ ਮਹਾਰਾਜ ਨੇ ਕਿਰਪਾ ਕੀਤੀ ਆ, ਇਹੋ ਹੀ ਟਾਈਮ ਹੋਇਆ ਜੇ।
ਤੇ ਜਦੋਂ ਦਾ ਲੱਗੇ ਫਿਰ ਅਸੀਂ ਬ੍ਰੇਕ ਨਹੀਂ ਜੇ ਮਾਰੀ ਇੱਕਦਮ, ਕਿ ਇਹ ਨਹੀਂ ਵੀ ਕਦੀ ਫੜ ਲਿਆ ਲੋਕਾਂ ਨੂੰ ਅਤੇ ਕਦੀ ਲਾ ਲਿਆ ਵੀ ਉੱਥੇ ਜਾ ਕੇ ਕਹਿਤਾ ਮੈਂ ਤਾਂ ਛੱਡਤਾ ਜੀ। ਉਹ ਜੇ ਫੜਿਆ ਤਾਂ ਫੜਿਆ ਹੀ ਰੱਖਿਆ, ਅਤੇ ਜੇ ਛਡਾਇਆ ਵਾਹਿਗੁਰੂ ਨੇ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਆਪਣਾ ਦੀਪ ਸਿੱਧੂ ਬਾਈ ਦੀਆਂ ਅਸੀਂ ਬਹੁਤ ਜ਼ਿਆਦਾ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਠੀਕ ਆ, ਮੈਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿੰਨੇ ਸਾਲ ਤੁਸੀਂ ਤਕਰੀਬਨ ਨਸ਼ਾ ਕੀਤਾ ਆ? ਮੇਰੇ ਹਿਸਾਬ ਨਾਲ 20 ਸਾਲ ਤੇ ਕੀਤਾ ਹੀ ਹੋਊ। 20 ਸਾਲ ਫਿਰ ਇੱਕਦਮ, ਕਿਉਂਕਿ ਜਦੋਂ 20 ਨਾ ਕੀਤਾ ਹੋਊ ਤੇ 15 ਤੇ ਕੀਤਾ ਹੀ ਹੋਊ। ਫਿਰ ਮੋੜਾ ਭਾਈ ਦੀਪ ਸਿੱਧੂ ਕਰਕੇ ਪੈਂਦਾ? ਹਾਂਜੀ ਭਾਈ, ਇਹ ਨਾ ਅਸੀਂ ਕੰਪਨੀ 'ਚ ਡਿਊਟੀ ਕਰਦੇ ਹਾਂ HCC 'ਚ, ਫਿਰ ਮੈਂ ਇੱਥੇ ਨਹੀਂ ਰਿਹਾ, ਕਮੈਂਟਰੀ ਛੱਡਤੀ ਅਤੇ ਮੈਂ ਹਿੰਦੁਸਤਾਨ ਕੰਪਨੀ ਦੇ ਵਿੱਚ 17-17.5 ਸਾਲ ਜੋਬ ਕੀਤੀ ਆ। ਪਰ ਇੱਕ ਨਸ਼ੇ ਨੇ ਕੁਛ ਨਹੀਂ ਬਣ ਦਿੱਤਾ ਮੇਰਾ, ਜਦਕਿ ਮੈਂ 30-35 ਹਜ਼ਾਰ ਰੁਪਈਆ ਤਨਖਾਹ ਲੈਂਦਾ ਸੀ ਉੱਥੋਂ। ਕਮੈਂਟਰੀ ਛੱਡਤੀ? ਹਾਂ, ਕਮੈਂਟਰੀ ਛੱਡਤੀ। ਇਹ ਨਹੀਂ ਵੀ ਮੈਂ ਵਿਹਲਾ ਬਹਿ ਗਿਆ ਜਾਂ ਉਹ ਕੋ, ਨਸ਼ਾ ਵੀ ਕਰਦੇ ਰਹੇ ਨਾਲ ਨਾਲ, ਆਪਣਾ ਵਿਆਹ ਵੀ ਹੋਇਆ, ਪਰਿਵਾਰ ਵੀ ਤੋਰਿਆ, ਸਭ ਕੁਛ। ਇਹ ਨਹੀਂ ਵੀ ਲੋਕਾਂ ਵਾਂਗੂ ਨਸ਼ਾ ਨਹੀਂ ਕੀਤਾ ਉਹ, ਕਿਸੇ ਤਰ੍ਹਾਂ ਕਿ ਲੋਕਾਂ ਦੀਆਂ ਚੀਜ਼ਾਂ ਚੁੱਕੀਆਂ ਹੈ, ਚੋਰੀਆਂ ਕੀਤੀਆਂ। ਬਾਬਾ ਜੀ ਆਪਦੇ ਕਮਾਇਆ, ਪਹਿਲਾਂ ਕਮੈਂਟਰੀ ਦਾ ਖਾਧਾ ਅਤੇ ਫਿਰ ਜਦੋਂ ਨੌਕਰੀ ਕੀਤੀ ਉਹ 17 ਸਾਲ ਦੀ ਮੈਂ ਹੀ ਖਾਧੀ। ਅੱਛਾ, ਲੁੱਟ ਖੋ ਕੋਈ ਨਹੀਂ? ਲੁੱਟ ਖੋ ਨਹੀਂ, ਜੱਟ ਦਾ ਇੱਦਾਂ ਕਿ ਮਹਾਰਾਜ ਦੀ ਐਡੀ ਕਿਰਪਾ ਕਿ ਪਿੰਡ ਦੀਆਂ ਜਿਹੜੀਆਂ ਸਾਡੀ ਪੱਤੀ ਦੀਆਂ ਜਨਾਨੀਆਂ ਨਾ, ਉਹ ਕਹਿੰਦੀਆਂ ਵੀ ਪੁੱਤ ਹੋਵੇ ਅਤੇ ਇਹਦੇ ਅਰਗਾ ਹੋਵੇ, ਕਿ ਜਿੰਨੇ ਅੱਜ ਤਾਈਂ ਕਦੀ ਨੀਵੀਂ ਨਹੀਂ ਚੁੱਕੀ, ਇਹ ਸਾਨੂੰ ਮਾਣ ਪ੍ਰਾਪਤ ਹੋਇਆ। ਅਤੇ ਫਿਰ ਦੀਪ ਸਿੱਧੂ ਪਹਿਲਾਂ ਸਿਰੋਂ ਅੱਛਾ ਦਸਤਾਰ ਬੰਨਦੇ ਸੀ ਉਦੋਂ? ਨਹੀਂ, ਮੁੰਨੇ ਹਾਂ। ਅੱਛਾ, ਹਾਂ, ਕਈ ਕੁਛ ਗੰਦ ਮੰਦ ਖਾਂਦੇ ਹਾਂ। ਅੱਛਾ, ਹਾਂ, ਕੋਈ ਦਸਤਾਰ ਨਹੀਂ ਹੈ ਬੰਨਦੇ। ਅਤੇ ਫਿਰ ਦੀਪ ਸਿੱਧੂ ਵਾਲੀ ਗੱਲ ਇਹ ਕਿੱਦਾਂ ਪਿੰਚ ਕਰਦੀ ਹੈ? ਕਿਉਂਕਿ ਇੱਕ ਤਰੀਕ ਇੱਕ ਮੋੜ ਹੀ ਆਉਣਾ ਹੁੰਦਾ, ਉਹ ਚਾਹੇ ਕਿਸੇ ਇਨਸਾਨ ਦੇ ਥਰੂ ਹੀ ਆ ਜਾਵੇ, ਅਤੇ ਦੀਪ ਸਿੱਧੂ ਨਾਲ ਫਿਰ ਕਿੱਦਾਂ ਮਤਲਬ ਤੁਹਾਡਾ ਇਹ ਕਨੈਕਟ ਹੁੰਦਾ ਕਿ ਹਾਂ ਮੈਂ ਉਹਦੀਆਂ ਗੱਲਾਂ ਛੱਡ ਸੁਣੀਆਂ, ਮੇਰੇ 'ਤੇ ਪ੍ਰਭਾਵ ਪਿਆ? ਮਤਲਬ ਕਿ ਆਪਣੇ ਖੂਨ ਦੇ ਵਿੱਚ ਹੀ ਨਾ, ਜਿਹੜਾ ਸਾਡੇ ਪਿਤਾ ਜੀ ਨੇ ਜੇਲ੍ਹ ਕੱਟੀ ਆ, NSA ਉਹਨਾਂ 'ਤੇ ਲੱਗੀ ਪਰ ਥੋੜ੍ਹੇ ਦਿਨ ਲੱਗੀ। ਕੀ ਨਾਮ ਤੁਹਾਡੇ ਪਿਤਾ? ਸਾਡੇ ਪਿਤਾ ਜੀ ਦਾ ਨਾਂ ਸਰਦਾਰ ਗਮੇਜ ਸਿੰਘ ਦਾਸ ਕਹਿੰਦੇ ਉਹਨਾਂ ਨੂੰ ਪਿੰਡ 'ਚ। ਅੱਛਾ ਜੀ, ਬੜੇ ਬਾਬੇ ਦੀ ਕਿਰਪਾ ਮਹਾਰਾਜ ਦੀ, ਅਤੇ ਉਹਨਾਂ ਜਜ਼ਬਾ ਤਾਂ ਪਹਿਲਾਂ ਤੋਂ ਹੀ ਹੈ ਜੀ, ਚਲੋ ਆਪਣਾ। ਅਤੇ ਅਸੀਂ ਜਦੋਂ ਦੀਪ ਸਿੱਧੂ ਦੀਆਂ ਇੰਟਰਵਿਊਆਂ ਸੁਣਨੀਆਂ ਨਾ, ਅਤੇ ਉਦੋਂ ਅੰਦੋਲਨ ਚੱਲਣ ਡਿਆ ਸੀ ਅਤੇ ਜੱਟ ਸਾਰਾ ਕੁਛ ਛੱਡ ਕੇ ਆ ਗਿਆ। ਵਾਹਿਗੁਰੂ ਜਿੱਥੇ ਲੋਕ ਪਹੁੰਚਣਾ ਅਤੇ ਤਰਸਦੇ ਆ ਨਾ, ਉਹ ਜੱਟ ਉਸ ਚੀਜ਼ ਨੂੰ ਛੱਡ ਕੇ ਸਾਡੇ ਜਾਣ ਕੇ ਬਹਿ ਗਏ, ਅਤੇ ਸਾਡੇ ਲੋਕਾਂ ਨੇ ਕਦਰ ਨਾ ਪਾਈ, ਜਿਸ ਤਰ੍ਹਾਂ ਸਾਡੀ ਨਹੀਂ ਕੋਈ ਪਾਉਂਦਾ। ਕਹਿੰਦੇ ਸੀ ਮੋਨਾ ਵਾ, ਇੱਕ ਘੂਨਾ ਵਾ, ਭਾਵੇਂ ਦਿਲ ਦੇ ਵਿੱਚ ਜਜ਼ਬਾ ਵਾਧੂ ਹੀ, ਪਰ ਨਹੀਂ, ਸਾਨੂੰ ਉਹ ਮੋਨਾ ਘੋਨਾ ਨਹੀਂ, ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ, ਉਹਨੇ ਵੀ ਆਉਣਾ ਹੈ। ਇਹ ਤਾਂ ਵਾਹਿਗੁਰੂ ਕਿਰਪਾ ਕਰਦਾ ਨਾ, ਉਹ ਟਾਈਮ ਪਾ ਕੇ ਕਰਦਾ। ਅਤੇ ਉਹ ਜਦੋਂ ਦੀਪ ਸਿੱਧੂ ਦੀਆਂ ਇੰਟਰਵਿਊਆਂ ਸੁਣਦੇ ਸੀ ਅਸੀਂ, ਅਤੇ ਸਾਡੇ ਅੰਦਰ ਨਾ ਅਸੀਂ ਉਹਨੂੰ ਉੱਤਰ ਜੋਸ਼ੀ ਮਠ ਦੇ ਲਾਗੇ ਹੇਲਿੰਗ ਜਗ੍ਹਾ ਦੇ ਉੱਤੇ ਡਿਊਟੀ ਕਰਦੇ, ਠੀਕ ਆ, HCC ਕੰਪਨੀ ਦੇ ਵਿੱਚ, ਹਿੰਦੁਸਤਾਨ ਕੰਟਰੈਕਸ਼ਨ, ਬਹੁਤ ਵੱਡੀ ਕੰਪਨੀ ਆ ਆਪਣੀ ਇੰਡੀਆ 'ਚ, ਅਤੇ ਉਹਦੇ ਵਿੱਚ ਜੋਬ ਕਰਦੇ। ਅਤੇ ਅਸੀਂ ਉੱਥੇ ਇੰਟਰਵਿਊ ਦਿੰਦੇ, ਸਾਨੂੰ ਇੰਨੀਆਂ ਕਿ ਉਹਦੀਆਂ ਟੁੰਬੀਆਂ ਨਾ ਦਿਲ ਨੂੰ, ਅਸੀਂ ਪਿੰਡ ਆਏ ਸਿੰਘਣੀ ਦਾ ਆਪਰੇਸ਼ਨ ਕਰਾਉਣ, ਉਦੋਂ ਮੋਨੇ ਘੋਨੇ ਆ, ਅਤੇ ਫਿਰ ਅਸੀਂ ਗਏ ਨਹੀਂ। ਅਤੇ ਭਾਈ ਅੰਮ੍ਰਿਤਪਾਲ ਸਿੰਘ ਉਹ ਤਾਂ ਸਾਡੇ ਤੋਂ ਵਿਛੜ ਗਿਆ, ਭਾਈ ਦੀਪ ਸਿੱਧੂ, ਪਰ ਇਹੋ ਜਿਹਾ ਦੀਪ ਜਗਾ ਗਿਆ ਨਾ ਦਿਲ 'ਚ ਵੀ ਉਹ ਜਗਦਾ ਹੀ ਰਹੋ। ਅੱਛਾ, ਭਾਈ ਦੀਪ ਸਿੱਧੂ ਦੇ ਹੁੰਦਿਆਂ ਤੁਸੀਂ ਕੇਸ ਰੱਖ ਲਏ? ਨਹੀਂ, ਅਜੇ ਕੇਸ ਨਹੀਂ ਸੀ ਰੱਖੇ ਨਾ, ਪਰ ਅਸੀਂ ਮਾਨ ਬਣਾ ਲਿਆ ਸੀ ਵੀ ਅਸੀਂ ਕੇਸ ਰੱਖਣੇ ਆ। ਇੱਕ ਇਹ, ਅਤੇ ਦੋ ਨੰਬਰ 'ਤੇ ਮੈਂ ਅੱਜ ਇੰਟਰਵਿਊ 'ਚ ਇਹ ਵੀ ਦੱਸਣਾ ਚਾਹੁੰਦਾ ਕਿ ਆਹ ਜਿਹੜਾ ਮੈਂ ਬਾਣਾ ਆਹ ਵਾਲਾ ਪਾਇਆ ਨਾ, ਇਹ ਜਦੋਂ ਮੈਂ ਪਿੰਡ ਆਉਂਦਾ ਹਾਂ ਅਤੇ ਸਾਡੇ ਜਿਹੜੇ ਗਊਆਂ ਵਾਲੇ ਫੌਜ ਆ ਨਾ ਸਾਡੇ ਪਿੰਡ ਦੀ, ਬਹੁਤ ਮਹਾਰਾਜ ਦੀ ਕਿਰਪਾ ਵਾ, ਬਾਬਾ ਜੋਗਾ ਸਿੰਘ ਜੀ ਜਿਹੜੇ ਸਾਡੇ ਸੋਲਵੇਂ ਮੁਖੀ ਸੰਪਰਦਾ ਦੇ, ਉਹ ਇੰਨਾ ਕੁ ਪਿਆਰ ਕਰਦੇ ਆ ਨਾ ਸਿੰਘਾਂ ਨੂੰ ਵੀ ਬਹੁਤ ਜ਼ਿਆਦਾ। ਅਤੇ ਅਸੀਂ ਜਦੋਂ ਆਉਣਾ ਨਾ ਛੁੱਟੀ,
ਤੇ ਉਹ ਸਾਡੀ ਸਾਈਡ ਆ ਜਿੱਧਰ ਅਸੀਂ ਸਾਡੇ ਖੇਤ ਆ ਤੇ ਉਹ ਉੱਥੇ ਬਾਬਾ ਬੁਰਜੀ ਆ ਸਾਡਾ ਜਿੱਥੇ ਦਲ ਪੰਥ ਉਤਰਦਾ ਵਾ ਹੈ ਹਰ ਸਾਲ ਮੇਲਾ ਲੱਗਦਾ ਤੇ ਮੈਂ ਉਹਨਾਂ ਨੂੰ ਆਣ ਕੇ ਵੀ ਵੇਖਣਾ ਤੇ ਆਖਣਾ ਵੀ ਬਾਣਾ ਇਹੋ ਪਾਉਣਾ ਅੰਪ੍ਰੈਸ ਤੇ ਹੋਣਾ ਆ ਵੀ ਬਾਣਾ ਆ ਜਿਹੜਾ ਪਾਉਣਾ ਜਦੋਂ ਅੰਮ੍ਰਿਤ ਛਕਿਆ ਨਸ਼ਾ ਛੱਡਦਾ ਸੀ ਨਸ਼ਾ ਨਹੀਂ ਅਜੇ ਕਰਦੇ ਸੀ ਪਰ ਦਿਲ ਦੇ ਵਿੱਚ ਇਹੋ ਤੰਗ ਸੀ ਵੀ ਕਰੀ ਜਾਂਦੇ ਅਸੀਂ ਛੱਡਿਆ ਬਾਬਾ ਜੀ ਇੱਕਦਮ ਉਦਣ ਹੀ ਇੱਕ ਹਿਸਾਬ ਦਾ ਕਿ ਜਦੋਂ ਆਪਾਂ ਦੋ ਚਾਰ ਮਹੀਨੇ ਪਹਿਲਾਂ ਹੀ ਛੱਡਦੇ ਹਾਂ ਨਸ਼ਾ ਆਪਾਂ ਪਹਿਲਾਂ ਨਹੀਂ ਛੱਡਦਾ ਬੰਦਾ ਆਪਣਾ ਸਹੀਏ ਜਦੋਂ ਮਨ ਬਣਾਉਂਦਾ ਨਾ ਬੰਦਾ ਉਦੋਂ ਹੀ ਛੱਡਦਾ ਅਤੇ ਉਹ ਵਾਹਿਗੁਰੂ ਕਿਰਪਾ ਕਰਦਾ ਕਰਦਾ ਇਹ ਨਾ ਜੀ ਗੱਲਾਂ ਜਿੱਦਣ ਵਾਹਿਗੁਰੂ ਨੇ ਕਿਰਪਾ ਕੀਤੀ ਨਾ ਉੱਦਣ ਪਤਾ ਨਹੀਂ ਕੀ ਨਹੀਂ ਅਤੇ ਇਲਾਜ ਵੀ ਲੋਕਾਂ ਨੇ ਕਰਾ ਕਰਾ ਕੇ ਵੇਖੇ ਆ ਠੀਕ ਆ ਵੱਡੇ ਵੱਡੇ ਖੂਨ ਵੀ ਬਦਲਾ ਕੇ ਵੇਖਿਆ ਦੁਨੀਆਂ ਨੇ ਜਿਹਨੇ ਨਹੀਂ ਛੱਡਣਾ ਉਹਨੇ ਨਹੀਂ ਛੱਡਣਾ ਆਪੇ ਛੱਡਿਆ ਇਹੋ ਜਿਹੀ ਕੋਈ ਮਦਦ ਨਹੀਂ ਨਹੀਂ ਅੱਛਾ ਅਤੇ ਦੀਪ ਸਿੱਧੂ ਜਦੋਂ ਇਹ ਜਹਾਨ ਤੋਂ ਜਾਂਦਾ ਬਾਕੀ ਸਿੰਘਣੀ ਨੇ ਮੇਰੀ ਨੇ ਇੰਨੀ ਕੁ ਮੇਰੀ ਕੇਅਰ ਕੀਤੀ ਨਾ ਵੀ ਬਹੁਤ ਵਧੀਆ ਵਧੀਆ ਉਹਨੇ ਮੈਨੂੰ ਛੱਡਿਆ ਨਹੀਂ ਉਹਨੇ ਕਿਹਾ ਨਹੀਂ ਵਿਆਹ ਤੋਂ ਪਹਿਲਾਂ ਵਿਚਾਰੀ ਨੂੰ ਨਹੀਂ ਸੀ ਪਤਾ ਪਰ ਉਹਨੂੰ ਜਦੋਂ ਪਤਾ ਲੱਗਾ ਨਾ ਪਰ ਨਹੀਂ ਮੈਂ ਉਹਦੇ ਨਾਲ ਧੋਖਾ ਹੀ ਕੀਤਾ ਇੱਕ ਉਹਨੂੰ ਝੂਠ ਮਾਰਦਾ ਰਿਹਾ ਵਿਚਾਰੀ ਅਤੇ ਜਦੋਂ ਦੀਪ ਸਿੱਧੂ ਇਸ ਜਹਾਨ ਤੋਂ ਚਲਿਆ ਜਾਂਦਾ ਉਹਦੀ ਮੌਤ ਦਾ ਕੋਈ ਅਸਰ ਤੁਹਾਡੇ ਮਨ 'ਤੇ ਹੁੰਦਾ ਬਾਬਾ ਜੀ ਇੰਨਾ ਜ਼ਿਆਦਾ ਵੀ ਅਸੀਂ ਡਿਪਰੈਸ਼ਨ 'ਚ ਹੀ ਚਲੇ ਗਏ ਇੱਕ ਹਿਸਾਬ ਦਾ ਵੀ ਅਸੀਂ ਉਹਦੀਆਂ ਇੰਟਰਵਿਊਆਂ ਹੀ ਬਜਦੀਆਂ ਵੇਖੀ ਜਾਣੀਆਂ ਅਤੇ ਬਸ ਸੋਚੀ ਜਾਣ ਉਹਨੂੰ ਹੀ ਬੜਾ ਜ਼ਿਆਦਾ ਮੈਂ ਉਦੋਂ ਉੱਥੇ ਹੀ ਡਿਊਟੀ ਕਰਦਾ ਸੀ ਅੱਛਾ ਬੜਾ ਮੈਂ ਬੜਾ ਮਿਸ ਕੀਤਾ ਬਾਈ ਨੂੰ ਵੀ ਮਿਲੇ ਵੀ ਨਹੀਂ ਉਹਨੂੰ ਵਿਚਾਰੇ ਨੂੰ ਦੁਨੀਆਂ ਤੋਂ ਚਲੇ ਗਿਆ ਬੰਦਾ ਯਾਰ ਏਡਾ ਵਧੀਆ ਆਇਆ ਹੈ ਅਤੇ ਸਾਡੇ ਲੋਕਾਂ ਨੇ ਗਦਾਰ ਕਹਿਤਾ ਉਹਨੂੰ ਨਹੀਂ ਕਿਹੜੀ ਗੱਲ ਜਿਹੜੀ ਜ਼ਿਆਦਾ ਟੁੰਬਦੀ ਪੰਥ ਦੀ ਗੱਲ ਕਰਦਾ ਸੀ ਉਹ ਜ਼ਿਆਦਾ ਵਧੀਆ ਲੱਗਦੀ ਜਿਹੜੀ ਇੱਕ ਪੰਥ ਦੀ ਗੱਲ ਕਰਦਾ ਸੀ ਇੱਕ ਜੱਟ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ ਉਹ ਆਉਂਦਾ ਹੁੰਦਾ ਸੀ ਜਿੰਨਾ ਚਿਰ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਅਗਲੇ ਦੀ ਗੱਲ ਕਰਦਾ ਬੰਦਾ ਉਹਨਾਂ ਚਿਰ ਉਹ ਤੁਹਾਡਾ ਬੰਦਾ ਨਹੀਂ ਜੇ ਓਏ ਉਹ ਸਿੱਧੀ ਗੱਲ ਆਉਂਦਾ ਹੁੰਦਾ ਸੀ ਠੀਕ ਆ ਅਤੇ ਫਿਰ ਆਣ ਕੇ ਜਦੋਂ ਅੰਮ੍ਰਿਤਪਾਲ ਨੇ ਸਿੱਧੀ ਗੱਲ ਕੀਤੀ ਨਾ ਅੱਖਾਂ 'ਚ ਅੱਖਾਂ ਪਾ ਕੇ ਉਦੋਂ ਫਿਰ ਅਸੀਂ ਵੀ ਆਖਿਆ ਵੀ ਚਲੋ ਵੀ ਅਸੀਂ ਤੁਰ ਪਏ ਉਹਦੇ ਨਾਲ ਸਿੰਘ ਦੇ 26 ਜਨਵਰੀ ਦੀ ਘਟਨਾ ਜਿਹੜੀ ਉਦੋਂ ਹੁੰਦੀ ਆ ਹਾਂਜੀ ਜਦੋਂ ਲਾਲ ਕਿਲੇ ਦੇ ਉੱਪਰ ਝੰਡਾ ਚੜਾਇਆ ਜਾਂਦਾ ਉਸ ਤੋਂ ਬਾਅਦ ਉਹਨੂੰ ਗਦਾਰ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਸੀ ਉਹ ਠੀਕ ਹੀ ਝੰਡਾ ਚੜਾਉਣਾ ਬਾਬਾ ਜੀ ਵੇਖੋ ਉਹਨੇ ਝੰਡਾ ਚੜਾ ਕੇ ਮਾੜਾ ਕੀ ਕੀਤਾ ਉਹਨੇ ਕਿਹੜਾ ਕੋਈ ਤਿਰੰਗੇ ਦੀ ਬੇਅਦਬੀ ਕੀਤੀ ਕਿਤੇ ਬਿਲਕੁਲ ਉਹਨਾਂ ਦੇ ਬਿਲਕੁਲ ਹੈਂ ਝੰਡਾ ਆਪਣਾ ਵਾ ਆਪਾਂ ਦੇ ਕੇ ਆਏ ਉਹਨਾਂ ਨੂੰ ਜੇ ਅੱਜ ਆਪਾਂ ਦਿੱਤੀ ਚੀਜ਼ 'ਤੇ ਆਪਣੀ 'ਤੇ ਝੰਡਾ ਚੜਾ ਲਿਆ ਤਾਂ ਕੋਈ ਹਨੇਰੀ ਥੋੜ੍ਹੀ ਆ ਗਈ ਕੋਈ ਬਾਬਾ ਜੀ ਆਪਣੇ ਦੇਸ਼ 'ਚ ਹੀ ਆਓ ਵੀ ਜਾਂ ਤਾਂ ਅਸੀਂ ਉਹਨਾਂ ਦਾ ਝੰਡਾ ਲਾ ਕੇ ਸੁੱਟਿਆ ਹੋਵੇ ਨਾ ਜਿਸ ਤਰ੍ਹਾਂ ਉਹ ਹੁਣ ਕਿਸਾਨਾਂ ਦੇ ਨਾਲ ਕਰਨ ਦਾ ਆ ਜਾਂ ਹੋਰ ਵੀ ਤਾਂ ਉਹ ਕਰਨ ਦਾ ਆ ਨਾ ਉਹ ਆਪਾਂ ਨਹੀਂ ਕੀਤਾ ਉਹਨਾਂ ਦੇ ਨਾਲ ਉਹਨਾਂ ਨੇ ਕੀਤਾ ਧੱਕਾ ਫਿਰ ਹੁਣ ਆਪਾਂ ਅਗਲੇ ਫੇਸ ਦੇ ਉੱਤੇ ਆਉਂਦੇ ਹਾਂ ਜਦੋਂ ਜ਼ਿੰਦਗੀ ਮੋੜਾ ਖਾਂਦੀ ਆ ਉਹ ਖਾਂਦੀ ਆ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਇੱਥੇ ਪੰਜਾਬ ਆਉਂਦੇ ਆ ਅਤੇ ਵਾਰਿਸ ਪੰਜਾਬ ਦੀ ਜਥੇਬੰਦੀ ਬਣਦੀ ਉਹ ਫਿਰ ਕਿੱਦਾਂ ਜ਼ਿੰਦਗੀ ਗੇੜਾ ਖਾਂਦੀ ਉਹ ਕਿੱਦਾਂ ਵਾਹਿਗੁਰੂ ਨੇ ਕਿਰਪਾ ਇੱਦਾਂ ਕੀਤੀ ਕਿ ਅਸੀਂ ਛੁੱਟੀ ਆਏ ਹਾਂ ਉੱਥੋਂ ਸਿੰਘਣੀ ਦਾ ਆਪਰੇਸ਼ਨ ਕਰਾਉਣ ਅੱਛਾ ਪਰ ਸਾਨੂੰ ਨਾ ਉਹ ਵਾਹਿਗੁਰੂ ਨੇ ਕਿਰਪਾ ਕਰਨੀ ਕੋਈ ਸਾਨੂੰ ਜਾਣ ਨਹੀਂ ਦਿੱਤਾ ਮਹਾਰਾਜ ਨੇ ਨਹੀਂ ਗਏ ਅਸੀਂ ਡਿਊਟੀ 'ਤੇ ਵਾਪਸ ਅੱਛਾ ਵਾਪਸ ਅਸੀਂ ਆਪਦੀ ਨੌਕਰੀ 'ਤੇ ਨਹੀਂ ਵਾਪਸ ਗਏ ਅਸੀਂ ਰਹਿ ਗਏ ਇੱਥੇ ਵਾਹਿਗੁਰੂ ਨੇ ਸਾਨੂੰ ਇੱਥੇ ਰੱਖਿਆ ਅਸੀਂ ਜਿੰਨਾ ਚਿਰ ਵੀਰ ਚੱਲੀ ਅਸੀਂ ਨਾਲ ਉਹਨਾਂ ਦੇ ਰਹੇ ਹਾਂ ਸਾਨੂੰ ਪੁਲਿਸ ਵਾਲੇ ਬਥੇਰਾ ਤੰਗ ਕਰਦੇ ਰਹੇ ਮੁੜ ਕੇ ਵੀ ਸਾਨੂੰ ਅਜੇ ਵੀ ਕਈ ਵਾਰੀ ਸੱਦ ਲੈਂਦੇ ਆ ਅਸੀਂ ਕੋਈ ਮਾੜਾ ਤਾਂ ਨਹੀਂ ਕੀਤਾ ਜਿੱਦਣ ਅਸੀਂ ਨਸ਼ੇ ਕਰਦੇ ਹਾਂ ਉੱਦਣ ਸਾਨੂੰ ਤੁਸੀਂ ਪੁੱਛਿਆ ਪੁਲਿਸ ਕਿਉਂ ਸਾਦੀ ਆ ਕੋਈ ਕੇਸ ਦੇ ਵਿੱਚ ਨਾਮਜ਼ਦ ਮਾਂ ਬਈ ਨਹੀਂ ਕੇਸ ਨਹੀਂ ਨਾਮਜ਼ਦ ਕੀਤਾ ਉਹਨਾਂ ਨੇ ਵੀ ਬਸ ਇਹੋ ਹੀ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਰਹੇ ਅੱਛਾ ਬਸ ਇਸੇ ਕਰਕੇ ਸਾਨੂੰ ਕਦੀ ਮਾੜਾ ਚੰਗਾ ਵੀ ਨਹੀਂ ਕਿਹਾ ਪਰ ਯਾਰ ਸਾਨੂੰ ਬੁਰਾ ਤਾਂ ਲੱਗਦਾ ਨਾ ਕਿ ਸਾਨੂੰ ਇੱਕ ਅੰਮ੍ਰਿਤ ਛਕਣ ਦਾ ਕਰਕੇ ਅੰਮ੍ਰਿਤ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਤੋਂ ਛਕਿਆ ਹਾਂਜੀ ਅਸੀਂ ਉਹਨਾਂ ਦੇ ਨਾਲ ਅਤੇ
ਅਸੀਂ ਛਕਿਆ ਜੇ ਅੰਮ੍ਰਿਤ ਗੁਰੂ ਕੀ ਪੇੜ ਤੋਂ, ਠੀਕ ਹੈ, ਜਿੱਥੋਂ ਸਾਡੇ ਪਰਿਵਾਰ ਨੇ ਸਾਨੂੰ ਮੰਗਿਆ ਹੈ, ਉਹ ਵੀ ਇੱਕ ਸਬੱਬ ਬਣਿਆ ਵਾਹਿਗੁਰੂ, ਅਸੀਂ ਇੰਟਰਵਿਊ 'ਚ ਦੱਸਣਾ ਚਾਹੁੰਦੇ ਹਾਂ। ਉਹ ਵੀ ਵੇਖੋ, ਸਾਨੂੰ ਅੰਮ੍ਰਿਤ ਅਸੀਂ ਪਾਨ ਕਰਨ ਗਏ ਧੁੰਦੇ ਪਿੰਡੋਂ ਮੋਟਰਸਾਈਕਲ 'ਤੇ, ਪਰ ਅਸੀਂ ਜਾਂਦੇ ਜਾਂਦੇ ਉੱਥੇ ਲੇਟ ਹੋ ਗਏ ਧੁੰਦੇ, ਗੋਬਿੰਦਵਾਲ ਸਾਹਿਬ ਦੇ ਲਾਗੇ ਪੈਂਦਾ ਧੁੰਦਾ, ਧੁੰਦੇ ਅਸੀਂ ਲੇਟ ਹੋ ਗਏ, ਆਉਂਦੇ ਬਾਬਾ ਜੀ ਇੱਥੇ ਨਹੀਂ ਅੰਮ੍ਰਿਤ ਛਕਾ ਸਕਦੇ, ਅਤੇ ਅਸੀਂ ਨਾ ਕਕਾਰ ਉੱਦਣ ਹੀ ਧਾਰਨ ਕਰ ਲਏ ਪਏ ਸੀਗਾ, ਅਸੀਂ ਲਾਉਣੇ ਨਹੀਂ ਆਏ, ਠੀਕ ਹੈ। ਅਤੇ ਦੁਨੀਆ ਨੇ ਬੜਾ ਕਿਹਾ, ਦੁਨੀਆ ਕਹਿੰਦੀ ਹੁੰਦੀ ਆ ਬਾਬਾ ਜੀ, ਕਿਉਂਕਿ ਵੇਖੋ ਅਸੀਂ ਜੇ ਆਖੀਏ ਨਾ ਅਸੀਂ ਸਹੀ ਹਾਂ, ਤਾਂ ਅਸੀਂ ਨਹੀਂ ਸਹੀ ਬਿਲਕੁਲੋਂ, ਦੁਨੀਆ ਵੀ ਸਹੀ ਆ, ਦੁਨੀਆ ਆਉਂਦੀ ਹੁੰਦੀ ਆ, ਕਿਉਂਕਿ ਇਹੋ ਜਿਹੇ ਬੰਦੇ 'ਤੇ ਇਤਬਾਰ ਨਹੀਂ ਕੋਈ ਵੀ ਕਰਦਾ ਵਾਹਿਗੁਰੂ, ਜਿਹੜਾ ਬੰਦਾ ਇਹੋ ਜਿਹਾ ਹੋ ਜਾਂਦਾ ਨਾ ਉਹ 'ਤੇ ਇਤਬਾਰ ਨਹੀਂ ਕੋਈ ਕਰਦਾ। ਸਾਨੂੰ ਦੁਨੀਆ ਨੇ ਕਿਹਾ ਥੋੜ੍ਹੇ ਦਿਨ ਹੀ ਆ, ਵੇਖਾਂਗੇ ਕਿੰਨੇ ਕੁ ਦਿਨ ਪਾ ਕੇ ਰੱਖਦਾ, ਕਿੰਨੇ ਕੁ ਦਿਨ ਪਾ ਕੇ ਰੱਖਦਾ। ਅਤੇ ਅਸੀਂ ਪਾਤਸ਼ਾਹ ਦੇ ਗਾੜੀ ਰੋਜ਼ ਹੀ ਇਹੋ ਅਰਦਾਸ ਕਰਦੇ ਹਾਂ ਸਵੇਰੇ ਉੱਠ ਕੇ, ਵੀ ਜਿਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੂੰ ਆਪਣਾ ਪਰਿਵਾਰ ਵਾਰ ਕੇ ਸਾਰਾ ਕੁਛ ਲਿਆ, ਅਤੇ ਅਸੀਂ ਤਾਂ ਮਹਾਰਾਜ ਅੰਮ੍ਰਿਤ ਦਾ ਦਾਤ ਤੇਰੇ ਤੋਂ ਲਈ ਆ, ਅਤੇ ਵਾਹਿਗੁਰੂ ਇਹ ਇਸ ਤਰ੍ਹਾਂ ਹੀ ਨਿਭਦੀ ਰੱਖੀ, ਅੱਜ ਦਾ ਨਿਭ ਗਿਆ ਅਤੇ ਕੱਲ੍ਹ ਨੂੰ ਵੀ ਨਿਭਦਾ ਰੱਖੀ, ਵਾਹਿਗੁਰੂ ਕਿਰਪਾ ਕਰ ਰਿਹਾ ਹੁਣ ਮਹਾਂਪੁਰਸ਼ਾਂ ਦੇ ਨਾਲ ਵਿਚਰਨਾ ਹੈ। ਸਿਰ ਦਲ 'ਚ ਕਿੱਦਾਂ ਇੱਥੇ ਆਉਣਾ ਹੋਇਆ? ਇੱਥੇ ਫਿਰ ਅਸੀਂ ਐਰ ਕੀ ਨਾ ਉਹਨਾਂ ਦੇ ਨਾਲ ਸਿੰਘਾਂ ਦੇ, ਗਊਆਂ ਵਾਲਿਆਂ ਦੇ, ਆਪਣਿਆਂ ਦੇ, ਫਿਰ ਉਹਨਾਂ ਦੀ ਗੱਲ ਆਉਂਦੀ, ਸਿੰਘ ਬੜੇ ਚੜ੍ਹਦੀ ਕਲਾ ਵਾਲੇ ਆ ਸਾਰੇ, ਅਤੇ ਉਹਨਾਂ ਦੇ ਨਾਲ ਅਸੀਂ ਸੇਵਾ ਕਰਨ ਜਾਣ ਲੱਗ ਪਏ ਬਾਬੇ ਦੇ ਐਤਵਾਰ, ਉੱਥੇ ਜਾਂਦੇ ਆ ਸਿੰਘ, ਅਤੇ ਐਤਵਾਰ ਅਸੀਂ ਸੇਵਾ ਜਾਣ ਲੱਗ ਪਏ ਬਾਬੇ ਸ਼ਹੀਦੀ, ਬਾਬੇ ਨੌਰ ਸਿੰਘ ਦੇ, ਉੱਥੇ ਆਪਣੇ ਕਦੇ ਘੋੜਿਆਂ ਦੀ ਸੇਵਾ ਹੁੰਦੀ ਆ, ਕੋਈ ਵੀ ਬਾਬੇ ਲਾ ਦੇਣ ਖੇਤਾਂ 'ਚ ਕਿਤੇ ਵੀ, ਅਤੇ ਅਸੀਂ ਉਹਨਾਂ ਦੇ ਨਾਲ ਸੇਵਾ ਜਾਣ ਲੱਗ ਪਏ, ਅਤੇ ਸਾਨੂੰ ਬਾਬਿਆਂ ਦੇ ਨਾਲ ਵੀ ਅੱਗੇ ਬਾਣਾ 'ਤੇ ਪਾਇਆ ਹੀ ਪਾਇਆ ਹੈ ਅਸੀਂ ਨੀਲਾ, ਅਤੇ ਅਸੀਂ ਕਿਹਾ ਵੀ ਇਹ ਬਾਬੇ ਦੀ ਜਿਹੜੀ ਸੰਪਰਦਾ ਵਾ ਨਾ ਇਹ ਸਾਡੀ, ਇੱਥੇ ਸੇਵਾ 'ਤੇ ਅਸੀਂ ਆਉਂਦੇ ਹੀ, ਅਤੇ ਅਸੀਂ ਇਹਨਾਂ ਦੇ ਨਾਲ ਹਜ਼ੂਰ ਸਾਹਿਬ ਗਏ ਪਹਿਲੀ ਯਾਤਰਾ ਕਰਨ। ਉਹ ਤੋਂ ਬਾਅਦ ਵੇਖੋ ਜੀ, ਕਈ ਵਾਰੀ ਬੰਦੇ ਨੂੰ ਨਾ ਜਿਸ ਤਰ੍ਹਾਂ ਹੁਣ ਮੈਂ ਲਾ ਲਓ ਕਿ ਮੈਂ ਨੌਕਰੀ ਕਰਦਾ, ਮੈਂ ਨੌਕਰੀ ਵੀ ਛੱਡਤੀ, ਹੁਣ ਮੇਰੇ ਕੋਲ ਪੈਲੀ ਜਿਹੜੀ ਆ ਸਾਰੀ 2.5 ਕਿੱਲੇ, ਠੀਕ ਹੈ, ਮਹਾਰਾਜ ਦੀ ਕਿਰਪਾ ਹੈ ਮਾਝੇ ਦੇ ਵਿੱਚ 2.5 ਕਿੱਲੇ ਵੜੀ ਹੁੰਦੀ, ਇਕੱਲੇ ਇਕੱਲੇ ਹੈਗੇ ਮਹਾਰਾਜ ਦੀ ਕਿਰਪਾ, ਪਰ ਮੇਰੀਆਂ ਧੀਆਂ ਦੋਵੇਂ ਵਧੀਆ ਸਕੂਲ 'ਚ ਪੜ੍ਹ ਰਹੀਆਂ, ਉਹਨਾਂ ਦਾ ਖਰਚਾ ਚੱਲਦਾ, ਇਸ ਕਰਕੇ ਨਾਲ ਮਹਾਰਾਜ ਦੇ ਡਿਊਟੀਆਂ ਲਾਈ ਦੀਆਂ, ਨਾਲੇ ਦਲ ਪੰਥ ਦੀ ਸੇਵਾ ਕਰੀ ਦੀ ਆ, ਕਦੀ ਘੋੜਿਆਂ ਦੀ, ਬਹੁਤ ਹੀ ਮਿੱਤਰ ਸਾਡੇ ਸਾਰੇ ਪਿਆਰ ਕਰਦੇ ਆ, ਅਤੇ ਇੱਥੇ ਦਲ ਪੰਥ 'ਚ ਰਹਿੰਦੇ। ਜਿਹੜੇ ਹੋਰ ਵੀ ਮੁੰਡੇ ਉਦੋਂ ਅੰਮ੍ਰਿਤਪਾਲ ਸਿੰਘ ਹੋਣਾਂ ਦੇ ਨਾਲ ਨਸ਼ਾ ਛੱਡਣ ਨੂੰ ਆਏ ਸੀ, ਉਹਨਾਂ ਦੇ ਕੈਂਪ 'ਚ ਵੀ ਰਹੇ ਆ ਕਿ ਤੁਸੀਂ? ਨਹੀਂ ਜੀ, ਅਸੀਂ ਉਹਨਾਂ ਦੇ ਕੈਂਪ 'ਚ ਗਏ। ਅੱਛਾ, ਅਸੀਂ ਛੱਡ ਕੇ ਤਿਆਰ ਪਤਿਆਰ ਹੋ ਕੇ ਗਏ, ਸਾਨੂੰ ਪਤਾ ਸੀ ਵੀ ਅਸੀਂ ਲੱਤਾਂ ਭਾਰ ਚੱਲਦੀਆਂ ਅਤੇ ਜਾਈਏ ਅੰਮ੍ਰਿਤ ਛਕਣ, ਜੇ ਨਹੀਂ ਸਾਡੀਆਂ ਲੱਤਾਂ ਭਾਰ ਚੱਲਦੀਆਂ ਤਾਂ ਅਸੀਂ ਅੰਮ੍ਰਿਤ ਨਾਲ, ਬਾਬਾ ਜੀ ਉਹਦੇ ਨਾਲੋਂ ਨਹੀਂ ਛਕਣਾ ਚੰਗਾ ਨਾ ਜੇ ਲੱਤਾਂ ਨਹੀਂ ਭਾਰ ਚੱਲਦੀਆਂ ਤੇ। ਅੱਛਾ, ਹੁਣ ਪੂਰੀ ਰਹਿਤ 'ਚ ਮਹਾਰਾਜ ਦੀ ਕਿਰਪਾ, ਵਧੀਆ ਬੜੀ ਕਿਰਪਾ ਪਾਤਸ਼ਾਹ। ਪਹਿਲਾਂ ਜਿੱਦਾਂ ਦੀਪ ਸਿੰਘ ਦਾ ਤੁਸੀਂ ਦੱਸਿਆ, ਇਸ ਚੀਜ਼ ਦਾ ਵੀ ਦੁੱਖ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਦੁੱਖ ਆ, ਕੋਈ ਅੰਤ ਨਹੀਂ। ਆ ਹੁਣੇ ਹੀ ਨਾ ਮੇਰੀ ਸਿੰਘਣੀ ਦਾ ਫੋਨ ਆਇਆ, ਅਤੇ ਆਉਂਦੀ ਵੀ ਹੁਣ ਖਬਰ ਆਈ ਆ ਜੇ ਹੁਣੇ ਹੀ ਤਾਜ਼ੀ ਅੱਜ ਦੀ, ਕਿ ਉਹਨਾਂ ਸਿੰਘਾਂ ਨੂੰ ਆਪਣਿਆਂ ਨੂੰ ਇੱਥੇ ਲੈ ਆਉਣਾ ਪੰਜਾਬ ਦੀ ਜੇਲ੍ਹ 'ਚ 21 ਦਿਨਾਂ ਦੇ ਵਿੱਚ। ਮੈਨੂੰ ਹੁਣੇ ਹੀ ਅਜੇ ਖਬਰ ਮਿਲੀ ਆ, ਅਤੇ ਬੜੀ ਖੁਸ਼ੀ ਹੋਈ, ਕਿਉਂਕਿ ਯਾਰ ਵੇਖ ਅਸੀਂ ਇੱਕ ਨਾ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੂੰ ਵੇਖ ਕੇ ਲੋਕ ਰਾਹ ਬਦਲਦੇ ਸੀ ਵੀ ਯਾਰ ਇਹ ਤੁਰਿਆ ਆਉਂਦਾ ਕਿਹੋ ਜਿਹਾ ਬੰਦਾ, ਅਤੇ ਅੱਜ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਆ ਵੀ ਮੇਰੀਆਂ ਅੱਖਾਂ 'ਚੋਂ ਕਈ ਵਾਰੀ ਅੱਥਰੂ ਡਿੱਗ ਪੈਂਦੇ ਆ ਵੀ ਹੇ ਪਾਤਸ਼ਾਹ ਮੈਨੂੰ ਇੰਨੀ ਸੋਭਾ ਦਿੱਤੀ, ਅਤੇ ਮੈਂ ਹੁਣ ਕਮੈਂਟਰੀ ਕਰੂੰਗਾ ਫਿਰ ਪਹਿਲਾ ਦਾਸ ਬਣੂੰਗਾ। ਅੱਛਾ ਜੀ, ਹਾਂ ਦਾਸ ਦੇ ਨਾਂ ਨਾਲ ਮਸ਼ਹੂਰ ਹਾਂ ਆਪਾਂ ਕਮੈਂਟਰੀ 'ਚ। ਅੱਛਾ ਜੀ, ਹਾਂ ਦਵਿੰਦਰ ਦਾਸ ਢੋਟੀਆਂ ਵਾਲਾ, ਅਤੇ ਵਾਹਿਗੁਰੂ ਕਿਰਪਾ ਕਰੂੰਗਾ, ਮੈਂ ਕੀ ਕਰਨੀ ਆ, ਵਾਹਿਗੁਰੂ ਕਰੂੰਗਾ ਕਿਰਪਾ ਹੁਣ।
ਬੜਾ ਵਧੀਆ ਲੱਗਾ ਕਿ ਇੱਕ ਇਨਸਾਨ, ਵੇਖੋ ਇੱਕ ਇਨਸਾਨ ਇੱਕ ਜ਼ਰੀਆ ਹੀ ਬਣਦਾ ਜਦੋਂ ਤੁਸੀਂ ਇਸ ਤਰ੍ਹਾਂ ਦਾ ਵਸੀਲਾ ਕਰਦੇ ਹੋ, ਅਤੇ ਇੱਕ ਇਨਸਾਨ ਜਿਹੜਾ ਉਸ ਚੀਜ਼ ਦਾ ਜ਼ਰੀਆ ਹੀ ਬਣਦਾ ਆ। ਸੋ ਭਾਈ ਸਾਹਿਬ ਨੇ ਆਪਣੇ ਜਿਹੜਾ ਪੁਰਾਣਾ ਨਸ਼ਿਆਂ ਦਾ ਦਲਦਲ ਸੀ ਉਸ 'ਚੋਂ ਨਿਕਲ ਕੇ ਇੱਕ ਚੰਗੀ ਜੀਵਨ ਵੱਲ ਸ਼ੁਰੂਆਤ ਕੀਤੀ ਆ। ਗੁਰੂ ਦੇ ਲੜ ਲੱਗੇ ਆ, ਬੜਾ ਮਨ ਖੁਸ਼ ਹੁੰਦਾ ਕਿ ਇੱਕ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਆ। ਔਰ ਮੈਂ ਆਪਣੇ ਚੈਨਲ ਦੇ ਜ਼ਰੀਏ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਪਹਿਲਾਂ ਕਮੈਂਟਰੀ ਕਰਦੇ ਰਹੇ ਆ ਮਾਝੇ ਦੇ ਵਿੱਚ, ਅਤੇ ਜਿੰਨੇ ਵੀ ਇਹ ਦਰਸ਼ਕ ਜਿਹੜੇ ਆ ਇੰਟਰਵਿਊ ਦੇਖ ਰਹੇ ਆ, ਇਹਨਾਂ ਦੀ ਇਹੋ ਹੀ ਬੇਨਤੀ ਆ ਕਿ ਮੈਨੂੰ ਜਿਹੜਾ ਆ ਦੁਬਾਰਾ ਮੌਕਾ ਦਿੱਤਾ ਜਾਵੇ ਅਤੇ ਮੈਂ ਜਿਹੜੀ ਉਹ ਕਮੈਂਟਰੀ ਕਰਨੀ ਚਾਹੁੰਦਾ ਹਾਂ। ਸੋ ਆਪਾਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਅਗਰ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ, ਔਰ ਭਾਈ ਸਾਹਿਬ ਉਹਨਾਂ ਨੂੰ ਜ਼ਰੂਰ ਮੌਕਾ ਦਿਓ, ਕਿਉਂਕਿ ਇੱਕ ਇਨਸਾਨ ਜਿਹੜਾ ਪੁਰਾਣੇ ਮਾੜੇ ਕੰਮਾਂ ਤੋਂ ਆ ਕੇ ਨਿਕਲ ਕੇ ਇੱਕ ਚੰਗੀ ਜ਼ਿੰਦਗੀ ਜੀਉਣ ਦਾ ਜੇ ਇੱਛਾ ਰੱਖਦਾ, ਤਾਂ ਸਾਡੇ ਸਮਾਜ ਦੇ ਵਿੱਚ ਸਾਨੂੰ ਸਾਡਾ ਫਰਜ਼ ਆ ਕਿ ਆਪਾਂ ਉਸ ਇਨਸਾਨ ਦਾ ਸਾਥ ਦੇਈਏ। ਮਿਲਦੇ ਹਾਂ ਆਪਾਂ ਨਵੀਂ ਵੀਡੀਓ ਦੇ ਵਿੱਚ।